ਦੂਜਾ ਕੁਐਸਚਨ ਹੈ 6.2 ਆ ਤੁਹਾਡੇ ਸਾਹਮਣੇ ਇੱਕ ਫਿਗਰ ਦਿੱਤੀ ਹੈ, ਆਕ੍ਰਿਤੀ ਦਿੱਤੀ ਹੈ। ਪਹਿਲੀ ਚੀਜ਼ ਕੀ ਦਿੱਤੀ ਹੈ, ਏ ਬੀ ਪੈਰਲਲ ਸੀ ਡੀ। ਆ ਏ ਬੀ ਲਾਈਨ ਹੈ, ਆ ਸੀ ਡੀ ਲਾਈਨ ਹੈ, ਦੋਵੇਂ ਆਪਸ ਚ ਪੈਰਲਲ ਹੈ, ਸਮਾਂਤਰ। ਦੂਜੀ ਚੀਜ਼ ਉਹ ਕਹਿੰਦੇ ਕਿ ਇੱਕ ਨਵਾਂ ਸਾਈਨ ਦਿੱਤਾ ਨਿਸ਼ਾਨ, ਇਹ ਤੁਹਾਨੂੰ ਨਵਾਂ ਲੱਗਦਾ ਪਰ ਵੈਸੇ ਆਪਾਂ ਬਹੁਤ ਵਾਰ ਪਹਿਲਾਂ ਹੀ ਪੜਿਆ ਹੋਇਆ ਈਐਫ ਪਰ ਪੈਂਡੀਕੁਲਰ ਜਾਂ ਪੰਜਾਬੀ ਚ ਲੰਬ ਕਹਿੰਦੇ ਆ ਸੀ ਡੀ। ਆ ਈਐਫ ਦੀ ਲਾਈਨ ਹੈ, ਇਹ ਸੀ ਡੀ ਦੇ ਉੱਪਰ ਕੀ ਹੈ, ਪਰਪੈਂਡੀਕੁਲਰ। ਮਤਲਬ ਕੀ ਹੈ ਕਿ ਇਹ ਸੀ ਡੀ ਉੱਪਰ ਕਿੰਨੇ ਡਿਗਰੀ ਦਾ ਕੋਣ ਬਣਾਉਂਦੇ ਆ, 90 ਡਿਗਰੀ। 90 ਡਿਗਰੀ ਨੂੰ ਕਹਿਣ ਦਾ ਇੱਕ ਇਹ ਵੀ ਤਰੀਕਾ, ਵੈਸੇ ਉਹਨਾਂ ਨੇ ਨਿਸ਼ਾਨ ਵੀ ਲਾਇਆ ਹੋਇਆ, ਇਹ ਨਿਸ਼ਾਨ ਤੋਂ ਵੀ ਆਪਾਂ ਨੂੰ ਪਤਾ ਚੱਲਦਾ ਕਿ ਕਿੰਨੇ ਡਿਗਰੀ ਦਾ ਕੋਣ ਹੈ, 90 ਦਾ। ਪਰ ਉਹਨਾਂ ਨੇ ਇਹ ਵੀ ਨਿਸ਼ਾਨ ਪਾਤਾ, ਇਹ ਵੀ ਨਿਸ਼ਾਨ 90 ਦਾ ਹੀ ਹੈ। ਇਸ ਸਾਈਨ ਨੂੰ ਪਰਪੈਂਡੀਕੁਲਰ ਜਾਂ ਲੰਬ ਕਹਿੰਦੇ ਆ, ਸਮਝ ਲੱਗ ਗਈ। ਇੱਕ ਚੀਜ਼ ਹੋਰ ਦਿੱਤੀ ਹੈ, GED ਬਰਾਬਰ 126। ਅੱਛਾ ਹੁਣ ਮੈਨੂੰ ਕੌਣ ਦੱਸੂਗਾ ਇਹ ਕਿਹੜਾ ਕੌਣ ਹੋ ਗਿਆ GED? ਆਹ ਵਿੱਚ ਈ ਹੈ, ਹੁਣ ਆਸੇ ਪਾਸੇ ਜੀ ਆ ਰਿਹਾ ਤੇ ਆ ਰਿਹਾ ਡੀ, ਯਾਨੀ ਕਿ ਆ ਪੂਰਾ ਇੱਥੋਂ ਦੀ ਕਰੇ ਕਿੰਨੇ ਡਿਗਰੀ ਦਾ ਕੋਣ ਹੈ, 126। ਵੈਰੀ ਗੁੱਡ ਬੈਠੋ। ਹੁਣ ਆਪਾਂ ਕੀ ਪਤਾ ਕਰਨਾ, ਤਿੰਨ ਕੋਨਾਂ ਦਾ ਮੁੱਲ ਪਤਾ ਕਰਨਾ, ਤਿੰਨ ਐਂਗਲਸ ਦੀ ਵੈਲਿਊ ਪਤਾ ਕਰ ਲਓ। ਪਹਿਲਾ ਕੋਣ ਕਿਹੜਾ ਹੈ, ਏ ਜੀ ਵਿੱਚ ਜੀ ਆ ਰਿਹਾ, ਪਰ ਇਹ ਇੱਧਰਲਾ ਪਾਸਾ ਪਤਾ ਕਹਿੰਦੇ ਕਿ ਇੱਧਰ ਲਾਉਣ ਦੇ ਲਈ ਏ ਆ ਰਿਹਾ ਤੇ ਈ ਆ ਰਿਹਾ। ਹੁਣ ਦੱਸੋ ਆ ਇੱਕ ਨੰਬਰ ਕੋਣ ਪਤਾ ਕਰਨਾ ਕਿ ਦੋ, ਆ ਕੋਣ ਹੈਗਾ ਇੱਕ, ਜੀ ਈ ਐਫ, ਜੀ ਈ ਤੇ ਐਫ, ਯਾਨੀ ਕਿ ਆ ਇੰਨਾ ਹਿੱਸਾ ਜਿਹੜਾ ਹੈਗਾ ਤਿੰਨ ਨੰਬਰ ਕੋਣ ਪਤਾ ਕਰਨਾ। ਠੀਕ ਹੈ ਜੀ, ਅੱਗੇ ਐਫ ਜੀ ਈ ਵਿੱਚ ਜੀ ਹੈ ਆ ਰਿਹਾ, ਐਫ ਤੇ ਈ, ਯਾਨੀ ਕਿ ਕਿਹੜਾ ਨੰਬਰ ਕੋਣ ਪਤਾ ਕਰਨਾ ਹੈ, ਦੋ। ਇੱਕ ਦੋ ਤਿੰਨ ਦਾ ਵੈਲਿਊ ਪਤਾ ਕਰਨਾ, ਪਹਿਲੀ ਗੱਲ। ਆ ਪੂਰਾ 126 ਦਾ ਦਿੱਤਾ, ਆ ਕਿੰਨੇ ਦਾ, 90 ਦਾ। ਤਿੰਨ ਨੰਬਰ ਕੋਣ ਦਾ ਮੁੱਲ ਕਿਵੇਂ ਕੱਢਾਂਗੇ, ਹਾਂ ਪੂਰਾ ਕੋਣ ਕਿੰਨੇ ਦਾ, 126। ਆ ਅੱਧਾ ਹਿੱਸਾ ਕਿੰਨੇ ਦਾ, 90। ਤਾਂ ਇੰਨਾ ਹਿੱਸਾ ਕੀ ਕਰਾਂਗੇ, 126 ਚੋਂ 90 ਕਢਾ ਲਾਂਗੇ, ਕੋਣ ਤਿੰਨ ਦਾ ਮੁੱਲ ਆ ਗਿਆ। ਸਮਝ ਲੱਗ ਗਈ। ਦੂਜੀ ਪੁਆਇੰਟ ਏ ਜੀ ਈ ਐਫ ਲਈ ਦੇਖੋ, ਆਹ ਇੱਕ ਤ੍ਰਿਭੁਜ ਹੈ, ਤ੍ਰਿਭੁਜ ਦੇ ਤਿੰਨਾਂ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ, ਤ੍ਰਿਭੁਜ ਦੇ ਤਿੰਨਾਂ ਕੋਨਾਂ ਦਾ ਜੋੜ 180 ਡਿਗਰੀ। ਹੁਣ ਇਹਦੇ ਚ ਆਪਾਂ ਆਹ ਇੱਕ ਕੋਣ ਆਪਾਂ ਪਤਾ ਕਰ ਲਿਆ, 126 ਚੋਂ 90 ਘਟਾਵਾਂਗੇ, 36 ਡਿਗਰੀ। ਠੀਕ ਹੈ, ਆ ਵੀ 90 ਹੈ, ਜੇ ਆ 90 ਹੈ ਤਾਂ ਸਾਰੇ ਕੋਣ ਕਿੰਨੇ ਡਿਗਰੀ ਦੇ ਹੋਣਗੇ, 90। ਯਾਨੀ ਕਿ ਦੂਜਾ ਕੋਣ 90 ਹੋ ਗਿਆ, ਤਾਂ ਤੀਜਾ ਕੋਣ ਪਤਾ ਕਰ ਸਕਦੇ ਹਾਂ ਕਿਵੇਂ, 90 ਦੇ 36 ਕੀ ਕਰਾਂਗੇ, ਪਲੱਸ ਫਿਰ ਕਿੰਨਿਆਂ ਘਟਾਵਾਂਗੇ, ਤਿੰਨੋ ਕੋਨਾ ਜੋੜ 180 ਡਿਗਰੀ ਹੈ, ਇੱਕ 90 ਹੈ ਤੇ ਇੱਕ 36 ਹੈ। ਪਹਿਲਾਂ ਇਹ ਦੋਵਾਂ ਨੂੰ ਜੋੜ ਲਿਆ, 180 ਘਟਾ ਲਿਆ ਤਾਂ ਤੀਜੇ ਕੋਣ ਦਾ ਮੁੱਲ ਆ ਤਾਂ ਆ ਵੀ ਆ ਗਿਆ। ਇਸ ਤੋਂ ਬਾਅਦ ਹੁਣ ਆ ਪੂਰਾ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ, 180 ਤਾਂ ਉਹਦੇ ਨੂੰ ਜਿਹੜਾ ਆਪਾਂ ਇੱਥੋਂ ਜਵਾਬ ਕੱਢਾਂਗੇ ਉਹ ਘਟਾ ਲਾਂਗੇ ਤਾਂ ਉਹਦੇ ਨਾਲ ਇੱਕ ਕੋਣ ਦਾ ਮੁੱਲ ਆ। ਹੁਣ ਇੱਕ ਦੋ ਤਿੰਨ ਕੋਣ ਦੇ ਮੁੱਲ ਪਤਾ ਚੱਲ ਗਏ ਕਿਵੇਂ ਕੱਢਣੇ ਆ, ਤਾਂ ਹੁਣ ਕਰੀਏ
ਕੋਣ ਤਿੰਨ ਸੋਲਿਊਸ਼ਨ, ਕੋਣ ਤਿੰਨ, ਕੋਣ ਤਿੰਨ ਕੀ ਹੈ ਜੀ ਐਫ ਬਰਾਬਰ 126 ਡਿਗਰੀ ਮਾਈਨਸ 90 ਡਿਗਰੀ ਕਿੰਨਾ ਹੋ ਗਿਆ 36 ਡਿਗਰੀ। ਤਾਂ ਕੋਣ ਜੀ ਈ ਐਫ ਦਾ ਮੁੱਲ ਆ ਗਿਆ ਆਪਣੇ ਕੋਲ। ਹੁਣ ਤ੍ਰਿਭੁਜ ਜੀ ਈ ਐਫ ਕੋਣ ਜੀ ਈ ਐਫ ਪਲੱਸ ਕੋਣ ਜੀ ਐਫ ਸੀ ਪਲੱਸ ਕੋਣ ਈ ਜੀ ਐਫ ਬਰਾਬਰ 180 ਡਿਗਰੀ। ਜੀ ਈ ਐਫ 36 ਡਿਗਰੀ ਆ ਕੱਢਿਆ, ਐਫ ਜੀ ਐਫ ਈ ਆ ਰਿਹਾ ਕਿੰਨੇ ਡਿਗਰੀ ਦਾ 90। ਆਪਾਂ ਈ ਜੀ ਐਫ ਯਾਨੀ ਕਿ ਜੀ ਈ ਕੋਣ ਨੰਬਰ 2 ਯਾਨੀ ਕਿ ਐਫ ਜੀ ਈ ਪਤਾ ਕਰਨਾ, ਐਫ ਜੀ ਈ ਬਰਾਬਰ 180 ਡਿਗਰੀ। ਠੀਕ ਹੈ ਜੀ, ਹਾਂਜੀ ਹੁਣ ਆ ਕਿੰਨਾ ਹੋ ਗਿਆ 36 ਪਲੱਸ 90 ਐਫ ਜੀ ਈ, ਐਫ ਜੀ ਈ 180 ਮਾਈਨਸ ਕਿੰਨਾ ਕਰਾਂਗੇ 126 ਡਿਗਰੀ। 180 ਤੋਂ 26 ਕਿੰਨਾ 180 ਕਰਵਾਏ 60 ਬਰਾਬਰ 180 ਡਿਗਰੀ ਮਾਈਨਸ ਕੋਣ ਐਫ ਜੀ ਈ। 180 ਡਿਗਰੀ ਮਾਈਨਸ ਐਫ ਜੀ ਈ ਕਿੰਨਾ ਆ ਗਿਆ 54 ਡਿਗਰੀ। 180 ਤੋਂ 54 ਕੱਟੇ 126। ਹੁਣ ਇੱਥੇ ਲਿਖਣਾ ਆਪਣਾ ਕਿ ਇਹ ਦੋਵੇਂ ਕੋਣ ਬਿਕੋਜ਼ ਕੇ ਜੀ ਈ ਕੋਣ ਪਲੱਸ ਐਫ ਜੀ ਈ ਕੋਣ ਬਰਾਬਰ 180 ਡਿਗਰੀ। ਇਹ ਦੋਵਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ, ਕਿਉਂ? ਕਿਉਂਕਿ ਕਿਹੜੇ ਐਂਗਲ ਹੈ, ਸਟ੍ਰੇਟ ਐਂਗਲ, ਜਾਂ ਲਿਖਾਂਗੇ ਸਿੱਧਾ ਸਰਲ ਕੋਣ, ਪੰਜਾਬੀ ਚ ਲਿਖੋਗੇ ਸਰਲ ਕੋਣ। ਸਮਝ ਲੱਗ ਗਈ, ਇਹ ਕੁਐਸਚਨ ਸਮਝ ਲੱਗ ਗਿਆ? ਹਾਂਜੀ।